ਵਾਹਿਗੁਰੂ ਵਾਹਿਗੁਰੂ ਮੈਂ ਤਾਣ ਜਿਸ ਪੈ ਕਰੋ ਬੇਨੰਤੀ ਮੇਰਾ ਮੇਰਾ ਦੁੱਖ ਸੁੱਖ ਤੁਝ ਹੀ ਪਾ ਦੁੱਖ ਸੁੱਖ ਤੁਝ ਹੀ ਪਾ ਤੂੰ ਕਾਹੇ ਡੋਲੈ ਪ੍ਰਾਨੀਆ ਰੱਖੇ ਕਾ ਸਿਰ ਜਨ ਕਾਹੇ ਡੋਲੈ ਪ੍ਰਾਨੀਆ ਤੁਤ ਰੱਖੇ ਕਾ ਸਿਰ ਜਨ ਜਿਨ ਪੈਦਾਇਸ਼ ਤੂੰ ਕੀਆ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਅਧਾਰ ਕਹੇ ਡੋਲੇ ਪ੍ਰਾਨੀਆ ਰੱਖੇ ਕਾ ਸਿਰ ਜਨ ਜਿੰਦਾ ਤਾਂ ਸਰਦਾ ਬੇਸ਼ੱਕ ਨਾ ਬੋਲਿਆ ਜੀ ਜਿੰਦਾ ਸਰਦਾ ਬਾਪੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਜੋ ਅਤੇ ਜਿੰਦਾ ਨਹੀਂ ਸਰਦਾ ਨਾ ਤਾਂ ਜ਼ਰੂਰ ਬੋਲੋ ਜ਼ਰੂਰ ਬੋਲੋ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਤਾਂ ਐ ਸਤਿਗੁਰੂ ਤੇਰੀ ਮਿਹਰ ਦੀ ਚਾਦਰ ਮੇਰੇ 'ਤੇ ਆ ਤਾਂ ਮੈਂ ਗੁਰੂ ਕੀ ਸੰਗਤ 'ਚ ਬੈਠ ਕਰਕੇ ਇੰਨਾ ਕੁ ਕੀਰਤਨ ਕਰਨ ਜੋਗਾ ਆਇਆ ਤੇਰੀ ਤਰਸ ਵਾਲੀ ਚਾਦਰ ਮੇਰੇ 'ਤੇ ਆ ਮੈਂ ਗੁਰੂ ਦੀ ਹਜ਼ੂਰੀ 'ਚ ਜਿੰਨਾ ਚਿਰ ਗੁਰੂ ਦੀ ਕੀਰਤੀ ਕਰਾਂਗਾ ਨਾ ਜੋ ਲਫ਼ਜ਼ ਮੇਰੀ ਰਸਨਾ ਤੋਂ ਜੋ ਲਫ਼ਜ਼ ਮੇਰੀ ਜ਼ੁਬਾਨ 'ਚੋਂ ਆਏਗਾ ਨਾ ਯਕੀਨ ਜਾਣਨਾ ਮੈਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੋਲਾਂਗਾ ਕੱਚਾ ਬਚਨ ਨਹੀਂ ਝੂਠਾ ਬੋਲ ਨਹੀਂ ਬੋਲਾਂਗਾ ਮੈਂ ਜ਼ਰੂਰ ਭਾਵੇਂ ਆਪਣੇ ਆਪ ਨੂੰ ਚਿੱਟੇ ਕੱਪੜਿਆਂ ਵਿੱਚ ਤੁਹਾਡੇ ਸਾਹਮਣੇ ਬਿਠਾਈ ਫਿਰਦਾ ਹੋਵਾਂ ਢਿੱਡ ਮੇਰਾ ਕੀ ਹੈਗਾ ਅੰਦਰ ਮੇਰਾ ਕੀ ਹੈਗਾ ਇਹ ਜਾਂ ਮੈਂ ਜਾਣਦਾ ਜਾਂ ਮੇਰਾ ਗੁਰੂ ਜਾਣਦਾ ਬਸ ਸਤਿਗੁਰ ਨੇ ਮਿਹਰ ਕਰਤੀ ਤਰਸ ਵਾਲੀ ਚਾਦਰ ਮਿਹਰ ਵਾਲੀ ਚਾਦਰ ਮੇਰੇ 'ਤੇ ਪਾ ਤੀ ਅਤੇ ਮੈਂ ਗੁਰੂ ਕੀ ਸੰਗਤ ਵਿੱਚ ਕੀਰਤਨੀਆਂ ਬਣ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਬੇਨਤੀ ਕਰਦਾ ਭਾਈ ਇਹ ਮਿਹਰ ਦੀ ਚਾਦਰ ਸਭਨਾਂ ਨੂੰ ਚਾਹੀਦੀ ਇਹ ਤਰਸ ਵਾਲੀ ਚਾਦਰ ਸਾਰਿਆਂ ਨੂੰ ਚਾਹੀਦੀ ਜੇ ਕੋਈ ਕਹਿੰਦਾ ਨਾ ਮੇਰੀ ਝੋਲੀ 'ਚ ਜਾਂ ਮੇਰੀ ਜੇਬ 'ਚ ਚਾਰ ਛਿੱਲੜ ਹੈਗੇ ਅਤੇ ਮੇਰਾ ਗੁਰੂ ਸਾਈਂ ਬਾਜੋ ਸਰ ਜਾਂਦਾ ਅਤੇ ਝੂਠਾ ਲੇ ਭੁਲੇਖੇ 'ਚ ਮੇਰਾ ਭੁਲੇਖਾ ਨਿਕਲ ਗਿਆ ਅਤੇ ਮੈਂ ਹੱਥ ਜੋੜ ਕੇ ਆ ਗਿਆ ਅਤੇ ਜਿਹਨੂੰ ਨਹੀਂ ਭੁਲੇਖਾ ਹੈਗਾ ਨਾ ਅਤੇ ਮੇਰੇ ਨਾਲ ਜ਼ਰੂਰ ਗੁਰੂ ਦੀ ਕੀਰਤੀ ਕਰੋ ਭਾਈ ਰਲ ਕੇ ਕੀਰਤਨ ਕਰਾਂਗੇ ਨਾ ਤਾਂ ਬੜਾ ਰਸ ਆਏਗਾ ਬੜਾ ਆਨੰਦ ਆਏਗਾ ਸਾਰੇ ਰਲ ਕੇ ਕੀਰਤਨ ਕਰਦੇ ਹਾਂ ਕੋਈ ਇੱਕ ਸਰੀਰ ਵੀ ਜੁੜ ਗਿਆ ਨਾ ਅਤੇ ਸਾਰਾ ਮਨਾਇਆ ਸਮਾਗਮ ਜਿਹੜੇ ਵੀਰਾਂ ਨੇ ਹੰਬਲਾ ਮਾਰਿਆ ਇਹ ਸਫਲ ਹੋ ਜਾਏਗਾ ਕਰੋ ਕਿਰਪਾ ਹਾਲ ਦੇ ਵਿੱਚ ਗੂੰਜਾ ਪੈ ਜਾਣ ਨਾਮ ਦੀਆਂ ਕਰੋ ਕਿਰਪਾ ਸਰ ਤੂੰ ਕਾਹੇ ਡੋਲੇ ਪ੍ਰਾਨੀਆ ਤੁਧ ਰੱਖੇ ਕਾ ਸਿਰ ਜਨਹਾਰ
तू काहे डोले प्राणिया तू रखेगा सिर काहे डोले प्राणिया तू रखेगा सिर जिन रखेगा सिर जनवा
ਮੈਂ ਪਹਿਲਾਂ ਬੇਨਤੀ ਕੀਤੀ ਸੀ ਭਾਈ ਸਿੰਘੋ
ਮੇਰੇ ਇਕੱਲੇ ਦੀ ਬੇਨਤੀ ਦੇ ਨਾਲ ਸਤਿਗੁਰਾਂ ਨੇ ਮੇਰਾ ਦੀ ਵਾਛੜ ਨਹੀਂ ਕਰਨੀ। ਹੋ ਸਕਦਾ ਕਿਉਂ, ਸੱਚੀ ਗੱਲ ਆਖੀ ਤੇ ਮੈਂ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਕਿਹੜਾ, ਜਿੰਦਾ ਕਿੱਤਾ ਬਣ ਜਾਂਦਾ, ਜਿੰਦਾ ਕੰਮ ਬਣ ਜਾਂਦਾ, ਸਾਡੀ ਇੱਕ ਮਜਬੂਰੀ ਵੀ ਬਣ ਗਈ। ਸਾਈ ਕਾਰ ਕਮਾਵਣੀ ਧੁਰ ਛੋਟੀ ਤਿੰਨੇ ਪਾਏ, ਮੇਰਾ ਕੰਮ ਬਣ ਗਿਆ ਪੈਸੇ ਲੈ ਕੇ ਕੀਰਤਨ ਕਰਨਾ। ਅਸੀਂ ਲੋਕ ਜਿਹੜੇ ਹੁੰਦੇ ਹਾਂ ਨਾ, ਮੈਂ ਪਹਿਲਾਂ ਬੇਨਤੀ ਕੀਤੀ, ਮੈਂ ਸੱਚ ਬੋਲਾਂਗਾ, ਅਸੀਂ ਬਹੁਤੇ ਜੁੜੇ ਨਹੀਂ ਹੁੰਦੇ, ਬਹੁਤੇ ਭੇਖੀ ਲੋਕ ਹੁੰਦੇ ਹਾਂ, ਭੇਖੀ ਜਿਹੜੇ ਪਖੰਡੀ ਹੁੰਦੇ ਨੇ, ਅਸੀਂ ਉਹ ਲੋਕ ਹੁੰਦੇ ਹਾਂ। ਪਰ ਸਾਨੂੰ ਸਤਿਗੁਰਾਂ ਨੇ ਥੋੜ੍ਹੀ ਜਿਹੀ ਰਿਆਇਤ ਦਿੱਤੀ ਹੁੰਦੀ ਹੈ, ਝੂਠੇ ਹਾਂ ਸੱਚੇ ਹਾਂ ਸਤਿਗੁਰ ਦੀ ਬਾਣੀ ਜ਼ਰੂਰ ਬੋਲੀ ਜਾਂਦੀ ਹੈ, ਇਹ ਰਸਨਾ ਚੋਂ ਇਹ ਜੀਵ ਚੋਂ ਸਤਿਗੁਰਾਂ ਦੀ ਬਾਣੀ ਉਚਾਰੀ ਜਾਂਦੇ ਹਾਂ। ਜੋ ਮੇਰੇ ਮਾਲਕ ਨੇ ਕਿਹਾ ਸਾਨੂੰ ਪਤਾ ਭਾਵੇਂ ਨਹੀਂ ਹੈਗਾ, ਪਰ ਗੁਰੂ ਦੀ ਹਜ਼ੂਰੀ ਵਿੱਚ ਆਪਣੀ ਡਿਊਟੀ ਦੇਈ ਜਾਂਦੇ ਹਾਂ। ਗੁਰੂ ਕੀ ਸੰਗਤ ਜੀ, ਮੈਂ ਤੁਹਾਡੇ ਅੱਗੇ ਤਾਂ ਬੇਨਤੀ ਕੀਤੀ, ਖਰੇ ਕਿੰਨੀਆਂ ਗੁਰੂ ਹਾਂ, ਕਿੰਨੇ ਕੁ ਸਰੀਰ ਬਖਸ਼ੇ ਹੋਏ ਬੈਠੇ ਨੇ, ਕਿੰਨੇ ਕੁ ਸਰੀਰ ਐਵੇਂ ਦੇ ਬੈਠੇ ਨੇ ਜਿਹੜੇ ਅੰਮ੍ਰਿਤ ਵੇਲਾ ਸਾਂਭਦੇ ਨੇ, ਜਿਨ੍ਹਾਂ ਦੀ ਗੁਰੂ ਨਾਨਕ ਦੇ ਨਾਲ ਇੱਕ ਮਿਕਤਾ ਹੈ, ਗੰਢ ਸਾਂਢੇ, ਗੰਢ ਸਾਂਢ ਜਾਣਦੇ ਹੋ ਨਾ, ਜਿਹੜੇ ਗੁਰੂ ਨਾਨਕ ਦੀ ਮੰਨਦੇ ਅਤੇ ਗੁਰੂ ਨਾਨਕ ਉਹਨਾਂ ਦੀ ਮੰਨਦਾ ਹੋਏਗਾ, ਖਰੇ ਉਸ ਸਰੀਰ ਦੇ ਲਫ਼ਜ਼ ਮੂੰਹ 'ਚ ਕੱਢਣ ਕਰਕੇ ਜਾਂ ਉਹਦੇ ਜਪਣ ਕਰਕੇ ਆਪਣਾ ਸਭਨਾ ਦਾ ਭਲਾ ਹੋ ਜਾਏ। ਤੁਹਾਡੇ ਅੱਗੇ ਤਾਂ ਬੇਨਤੀ ਕਰਦਾ, ਰਲ ਕੇ ਕਰੀਏ, ਜਦੋਂ ਆਪ ਜੀ ਰਲ ਕੇ ਬੇਨਤੀਆਂ ਕਰਾਂਗੇ ਨਾ, ਅਤੇ ਇਹ ਜਿਹੜੀ ਬੜੀ ਵੱਡੀ ਪੰਚਾਇਤ ਬੈਠੀ ਹੈ ਨਾ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸਵਰੂਪ ਵਿੱਚ, ਇਹ ਘੱਟੋ ਘੱਟ ਹੀ ਮੇਰੀ ਮੱਤ ਅਨੁਸਾਰ, ਹਾਲਾਂ ਮੈਂ ਨਿਆਣਾ, ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਕਰਕੇ ਬੈਠਾ, ਮੈਂ ਗਲਤੀ ਕਰ ਸਕਦਾ ਨਿਆਣੀ ਮੱਤ, ਪਰ ਜਿੰਨੀ ਕੁ ਮੱਤ ਕੰਮ ਕਰਦੀ ਹੈ ਬਾਣੀ ਦੇ ਅਨੁਸਾਰ, ਮੈਂ ਜੇ ਹਿਸਾਬ ਲਾਵਾਂ ਤਾਂ 35-36 ਮਹਾਂਪੁਰਖਾਂ ਦੀ ਬੜੀ ਵੱਡੀ ਪੰਚਾਇਤ ਬੈਠੀ ਹੈ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਬਾਬਾ ਕਬੀਰ ਬੈਠਾ, ਬਾਬਾ ਫਰੀਦ ਬੈਠਾ, ਭੱਟ ਸਾਹਿਬਾਨ ਬੈਠੇ, ਛੇ ਗੁਰੂ ਸਿੱਖ ਪਿਆਰੇ ਬੈਠੇ, ਗੁਰੂ ਪਿਆਰੇ ਬੈਠੇ, ਅਨੇਕਾਂ ਗੁਰਸਿੱਖ ਬੈਠੇ, ਅਨੇਕਾਂ ਭਗਤ ਬੈਠੇ, ਅਨੇਕਾਂ ਐਵੇਂ ਦੇ ਪਿਆਰੇ ਬੈਠੇ ਜਿਨ੍ਹਾਂ ਦੀ ਬਾਣੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਘੱਟੋ ਘੱਟ ਵੀ 35-36 ਮਹਾਂਪੁਰਖਾਂ ਦੀ ਪੰਚਾਇਤ ਹੈ, ਅਤੇ ਜਿਹਨੇ ਪੰਚਾਇਤ ਕੋਲੋਂ ਕੰਮ ਲੈਣਾ ਆਇਆ ਨਾ, ਕੰਮ ਲੈਣ ਦਾ ਜਿਹਨੂੰ ਤਰੀਕਾ ਆਉਂਦਾ ਨਾ ਪੰਚਾਇਤ ਕੋਲ, ਉਹ ਬਾਦਸ਼ਾਹ ਹੈ, ਉਹ ਬੰਦਾ ਬਾਦਸ਼ਾਹ ਜਿਹਨੇ ਪੰਚਾਇਤ ਦੀ ਰਮਜ ਜਾਣ ਲਈ। ਅਤੇ ਮੈਂ ਬੇਨਤੀ ਕਰਦਾ ਸੰਗਤ ਜੀ, ਜਦੋਂ ਆਪਾਂ ਸਾਰੇ ਰਲ ਕੇ ਸਤਿਗੁਰਾਂ ਨੂੰ ਬੇਨਤੀ ਕਰਾਂਗੇ, ਵੱਡੀ ਪੰਚਾਇਤ ਨੂੰ ਬੇਨਤੀ ਕਰਾਂਗੇ, ਇਹ ਮਿਹਰ ਦੀ ਵਾਛੜ ਕਰਨਗੇ, ਇਹ ਕਿਰਪਾ ਦੀ ਵਾਛੜ ਜ਼ਰੂਰ ਕਰਨਗੇ, ਆਹ ਰਲ ਕੇ ਬੇਨਤੀ ਕਰੇ। ਜਿੰਨੇ ਸ਼ਬਦ ਲਵਾਂਗੇ ਨਾ ਆਪਾਂ, ਸਾਰੇ ਬੇਨਤੀ ਸਵਰੂਪ ਹੋ ਕਰਕੇ ਲਾਵਾਂਗੇ, ਸਾਰੇ ਕਿਰਪਾ ਦੇ ਲਵਾਂਗੇ, ਤੁਹਾਡੇ ਨਾਲ ਰਲ ਕੇ ਬੇਨਤੀਆਂ ਕਰਨਗੇ। ਸਭ ਤੇ ਪਾਸੋ ਮੰਗਦੇ, ਸਭ ਤੇ ਪਾਸੋ ਮੰਗਦੇ, ਨਿਤ ਕਾਲ ਕਾਰਿਆ।
ਕਰ ਅਰਦਾਸ ਕਰੋ ਅਰਦਾਸ
ਨਿਤਕਾਰ ਰਲ ਕੇ ਕਰੋ ਕਿਰਪਾ ਕਰ ਅਰਦਾ ਨਿਤਕਾਰ ਅਰਦਾ ਨਿਤਕਾਰ ਅਰਦਾ ਸਤਿਗੁਰ ਪੂਰੇ ਮੈਂ ਗਰੀਬ ਸੱਚ ਟੇਬ ਮੇਰੇ ਸਤਿਗੁਰ ਗਰੀਬ ਸੱਚ ਦੇਖ ਜੇ ਸਤਿਗੁਰ ਪੁੱਛਣ ਜਵਾਨਾਂ ਅਰਦਾਸ ਕਰਦਾ ਪਿਆ ਮੈਂ ਤੇਰੀ ਕਿਉਂ ਸੁਣਾ ਇੱਕ ਡਾਕੂਮੈਂਟਰੀ ਬਣਾ ਕੇ ਦੇਖੀ ਜੇ ਆਪਣੇ ਆਪ ਨਾਲ ਜੇ ਗੱਲ ਕਰਨੀ ਗੁਰੂ ਨਾਨਕ ਦੇ ਨਾਲ ਆਪਣੇ ਆਪ ਨੂੰ ਸਤਿਗੁਰ ਦੇ ਸਨਮੁਖ ਰੱਖ ਕੇ ਜੇ ਗੁਰੂ ਨਾਨਕ ਪੁੱਛੇ ਜਵਾਨਾਂ ਤੇਰੀ ਗੱਲ ਕਿਉਂ ਸੁਣਾ ਮੈਂ ਤੇ ਸਤਿਗੁਰ ਨੂੰ ਬੇਨਤੀ ਕਰੀਏ ਮੇਰੇ ਸਤਿਗੁਰ ਪੂਰੇ ਹੈ ਸਾਈਂ ਤੂੰ ਪੂਰਾ ਤੇ ਮੈਂ ਅਧੂਰਾ ਅਧੂਰਾ ਪੂਰੇ ਦੀ ਸਿਫਤ ਨਹੀਂ ਕਰ ਸਕਦਾ ਇਹ ਸੱਚ ਤੇ ਤੱਤ ਕੱਢੀ ਹੋਈ ਗੱਲ ਤੇ ਦੂਜੀ ਗੱਲ ਅੱਗੇ ਮੈਂ ਗਰੀਬ ਸੱਚ ਦੇਖ ਇੱਕ ਗਰੀਬ ਉਹ ਜਿਹੜਾ ਬਾਹਰ ਹੈ ਜਿਹਦੇ ਕੋਲ ਪੈਸਾ ਨਹੀਂ ਹੈਗਾ ਤੇ ਮਾਇਆ ਪੱਖੋਂ ਆ ਜਿਹੜਾ ਇੰਨਾ ਕੰਮ ਕਰ ਰਹੇ ਹਾਂ ਜਾਂ ਗੁਰੂ ਸਥਾਨ ਬਣਾ ਰਹੇ ਇਹ ਮਾਇਆ ਤੋਂ ਬਗੈਰ ਨਹੀਂ ਬਣਦੇ ਆਪਾਂ ਕਈ ਵਾਰੀ ਕਿੰਤੂ ਕਰ ਦੇਣਾ ਵੀ ਵੇਖੀ ਜੇ ਸਮਾਗਮ ਕਰਾਉਣਾ ਮਾਇਆ ਕਾਹਦੇ ਵਾਸਤੇ ਚਾਹੀਦੀ ਮਾਇਆ ਬੜੀ ਜ਼ਰੂਰਤ ਹੁੰਦੀ ਇਹਨਾਂ ਸਮਾਗਮਾਂ ਨੂੰ ਕਰਾਉਣਾ ਇਹ ਜਿਹੜੇ ਸਮਾਗਮ ਕਰਾਉਂਦੇ ਨੇ ਵੀਰ ਇਹ ਤਾਂ ਉਹਨਾਂ ਨੂੰ ਪੁੱਛ ਕੇ ਵੇਖੀਏ ਨਾ ਤੁਹਾਨੂੰ ਮਾਇਆ ਕਿੱਥੇ ਕਿੱਥੇ ਲੋੜ ਪਈ ਇੱਕ ਬਾਹਰੀ ਗਰੀਬ ਉਹ ਹੁੰਦਾ ਜਿਹਦੇ ਕੋਲ ਮਾਇਆ ਦੀ ਕਮੀ ਇੱਕ ਅੰਦਰਲਾ ਗਰੀਬ ਹੁੰਦਾ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਮੈਂ ਦੋਨਾਂ ਪੱਖਾਂ ਤੋਂ ਗਰੀਬ ਬਾਹਰੀ ਜੇ ਪੈਸੇ ਦੀ ਗੱਲ ਕਰਾਂ ਤਾਂ ਉਹ ਤਾਂ ਨਹੀਂ ਹੈਗਾ ਮੇਰੇ ਕੋਲ ਅੰਦਰਲੇ ਵੀ ਸਤਿਗੁਰ ਮੈਨੂੰ ਬੜੇ ਰੋਗ ਚੰਬੜੇ ਹੋਮੇ ਦਾ ਰੋਗ ਮੈਨੂੰ ਚੰਬੜਿਆ ਅੰਦਰਲੇ ਜਿੰਨੇ ਮੈਂ ਗਲਤਾਨ ਹੋਇਆ ਪਿਆ ਮੈਲ ਦੇ ਨਾਲ ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ ਮਲ ਦਾ ਮਤਲਬ ਮੈਲ ਕਾਲਾ ਹੋਇਆ ਸ਼ਵਾ ਹੋਇਆ ਸਤਿਗੁਰ ਮੇਰਾ ਅੰਦਰ ਕਾਲਾ ਹੋਇਆ ਪਿਆ ਮੈਂ ਗਰੀਬ ਬੜਾ ਬਣਿਆ ਪਿਆ ਮੇਰੇ ਕੋਲ ਤੇਰੇ ਨਾਮ ਦੀ ਦੌਲਤ ਨਹੀਂ ਹੈਗੀ ਮੇਰੇ ਮਾਲਕਾ ਮੇਰੇ 'ਤੇ ਕਿਰਪਾ ਕਰ ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਗੁਰਸਿੱਖੋ ਰਾਗੀ ਸਿੰਘੋ ਜਦੋਂ ਗੁਰੂ ਦੀ ਹਜ਼ੂਰੀ 'ਚ ਬੈਠੋ ਨਾ ਵਾਜਾ ਲੈ ਕਰਕੇ ਜਿੰਨੇ ਸ਼ਬਦ ਪੜ੍ਹੋ ਸਾਰੇ ਇੱਕ ਸਬਜੈਕਟ ਬਣਾ ਕੇ ਪੜ੍ਹੋਗੇ ਨਾ ਤਾਂ ਕਿਸੇ ਗੱਲ ਦਾ ਮੂੰਹ ਸਿਰ ਬਣੇਗਾ ਅਤੇ ਮੈਂ ਪਹਿਲੀ ਬੇਨਤੀ ਇਹੀ ਸਤਿਗੁਰ ਅੱਗੇ ਰੱਖੀਏ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ੍ਹਾਂ ਨੇ ਪੈਦਾ ਕੀਤਾ ਮੇਰੇ ਮਾਲਕਾ ਤੂੰ ਮੈਨੂੰ ਪੈਦਾ ਕੀਤਾ ਤੂੰ ਮੈਨੂੰ ਖਾਣ ਨੂੰ ਵੀ ਦੇਗਾ ਦੁਨੀਆਂ ਵਿੱਚ ਵਿਚਰਨ ਵਾਸਤੇ ਮੈਨੂੰ ਅਕਲ ਮਤ ਵੀ ਦੇਗਾ ਫਿਰ ਦੂਜੀ ਗੱਲ ਜਦੋਂ ਆਪਾਂ ਸਤਿਗੁਰਾਂ ਕੋਲ ਮੰਗਣ ਆਏ ਅਤੇ ਮੰਗਣ ਵਾਸਤੇ ਪਹਿਲਾਂ ਬੇਨਤੀ ਇਹ ਰੱਖੀ ਵੀ ਹਾਂ ਗੁਰੂ ਨਾਨਕ ਕਹਿੰਦਾ ਕਿਉਂ ਤੇਰੀ ਸੁਣਾ ਅਤੇ ਅੱਗੋਂ ਬੇਨਤੀ ਰੱਖੀ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਹਾਂ ਮੈਂ ਤੇਰਾ ਘਰ ਛੱਡ ਕੇ ਤੇਰਾ ਦਰ ਛੱਡ ਕੇ ਜਾਵਾਂ ਕਹਿੰਦੇ ਕੋਲ ਇੱਕ ਤਾਂ ਸਤਿਗੁਰ ਇਹ ਹੈ ਬਾਰ ਪਰਾਏ ਬੈਸਣਾ ਸਾਈ ਮੁਝੇਣਾ ਦੇ ਇਸ ਜਨਮ ਵਿੱਚ ਬੇਨਤੀ ਕਰਿਆ ਕਰੋ ਇਸ ਜਨਮ ਵਿੱਚ ਮੈਨੂੰ ਕਿਸੇ ਬਗਾਨੇ ਦੇ ਦਰਵਾਜ਼ੇ 'ਤੇ ਜਾ ਕੇ ਮੰਗਣ ਦੀ ਲੋੜ ਨਾ ਪਵੇ ਗੁਰੂ ਨਾਨਕ ਪਾਤਸ਼ਾਹ ਮੈਂ ਬਗਾਨੇ ਦੇ ਦਰਵਾਜ਼ੇ 'ਤੇ ਚਲਾ ਗਿਆ ਲੋਕਾਂ ਲਾਮਾ ਤੈਨੂੰ ਦੇਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਵੀ ਉਹ ਗੁਰੂ ਨਾਨਕ ਦਾ ਸਿੱਖ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਜਾ ਕੇ ਮੰਗਦਾ ਪਿਆ ਲਾਮਾ ਤੈਨੂੰ ਵਜਣਾ ਹੈ ਮੈਂ ਤਾਂ ਗਰੀਬ ਹੈਗਾ ਪਹਿਲਾਂ ਹੀ ਗਰੀਬ ਆਪਾਂ ਅੱਗੇ ਜਿੰਨੇ ਵੀ ਸ਼ਬਦ ਲਵਾਂਗੇ ਨਾ ਉਹ ਤੱਤ ਕੱਢੇ ਲਵਾਂਗੇ ਅਖੀਰਲੇ ਸ਼ਬਦ ਜਾ ਕੇ ਨਾ ਸਤਿਗੁਰਾਂ ਪਾਸ ਬੇਨਤੀ ਕਰਾਂਗੇ ਮੇਰੇ ਮਾਲਕ ਹੁਣ ਜੱਫੀ 'ਚ ਲੈ ਲਓ ਹੁਣ ਗੱਲ ਵਕੜੀ 'ਚ ਲੈ ਲਓ ਅਖੀਰਲੇ ਸ਼ਬਦ ਜਦੋਂ ਇੱਥੋਂ ਦਿਉੜੀ ਤਾਂ ਆਪਾਂ ਵਾਪਸ ਜਾਈਏ ਅਤੇ ਗੁਰੂ ਨਾਨਕ ਹੀ ਜਾਵੇ ਆਪਣੀ ਮੈਂ ਮੇਰੀ ਇੱਥੇ ਗੋਲਕ 'ਤੇ ਮੁੱਕ ਜਾਵੇ ਫਿਰ ਸਵਾਲ ਆਪਣੀ ਮੈਂ ਮੇਰੀ ਇੱਥੇ ਗੋਲਕ 'ਤੇ ਹੀ ਰੁਕ ਜਾਵੇ ਇੱਥੇ ਮੁੱਕ ਜਾਵੇ ਘਰ ਜਾਵੇ ਅਤੇ ਕੇਵਲ ਧੰਨ ਗੁਰੂ ਨਾਨਕ ਹੀ ਜਾਵੇ ਇਕੱਲਾ ਗੁਰੂ ਨਾਨਕ ਜਾਵੇ
करो कृपा आप जिन्हें शब्द लवेंगे ना सारे एक सब्जेक्ट अनुसार लवेंगे मेरे सतगुरु पूरे मैं गरीब सच पे गरीब सच देख दो मेरे
ਜਿਹੜੇ ਗੁਰਸਿੱਖ ਪਿਆਰੇ ਹੁੰਦੇ ਨੇ ਨਾ, ਜਿਹੜੇ ਮਹਾਂਪੁਰਖ ਹੁੰਦੇ ਨੇ ਗੁਰੂ ਘਰ ਵਿਖੇ ਪ੍ਰਵਾਨਿਤ, ਜਿਨ੍ਹਾਂ ਦੇ ਗੁਰੂ ਨਾਨਕ ਦੇ ਨਾਮ ਦਾ ਰੰਗ ਲੱਗਾ ਹੁੰਦਾ, ਉਹ ਜੋ ਵੀ ਮੰਗਦੇ ਬਾਣੀ ਦੇ ਅਨੁਸਾਰ ਮੰਗਦੇ, ਬਾਣੀ ਨੂੰ ਅੱਗੇ ਰੱਖ ਕੇ ਮੰਗਦੇ। ਅਤੇ ਆਪਾਂ ਜਿਹੜੀਆਂ ਮੰਗਾਂ ਸਤਿਗੁਰਾਂ ਪਾਸ ਰੱਖਣੀਆਂ ਨਾ, ਬਾਣੀ ਦੇ ਨਾਲ ਨਾਲ ਰੱਖਣੀਆਂ, ਬਾਣੀ ਨੂੰ ਅੱਗੇ ਰੱਖ ਕੇ। ਬੇਨਤੀ ਆਪਾਂ ਇਹ ਰੱਖੀਏ, ਲਖਮੀ ਤੋਟ ਨਾ ਆਵੇ। ਲਖਮੀ ਬਾਹਰੀ ਮਾਇਆ ਵੀ ਹੈਗੀ, ਪੈਸਾ ਧਨ ਵੀ ਕਹਿੰਦੇ ਆ ਲਖਮੀ। ਖਾਏ ਖਰਚ ਰਹਿੰਦਾ, ਸਤਿਗੁਰੂ ਤੇਰੀ ਕਿਰਪਾ ਇੰਨੀ ਕੁ ਹੋ ਜਾਵੇ, ਖਾਂਦੇ ਪੀਂਦੇ ਨਾ ਮੁੱਕਦੀ ਹੈ, ਸਾਡੇ ਘਰ 'ਚ ਸਾਡੇ ਦਰਵਾਜ਼ੇ 'ਤੇ ਜੋ ਵੀ ਆਵੇ ਉਹ ਖਾਲੀ ਨਾ ਜਾਵੇ। ਗੁਰੂ ਦਾ ਸਿੱਖ ਇਵੇਂ ਦਾ ਹੋਣਾ ਚਾਹੀਦਾ, ਆਪ ਤਾਂ ਖਾਵੇ ਹੀ ਖਾਵੇ, ਜਾਂ ਗੁਰੂ ਦੇ ਸਿੱਖ ਦੇ ਦਰਵਾਜ਼ੇ 'ਤੇ ਕੋਈ ਵੀ ਆਵੇ ਨਾ ਮੰਗ ਰੱਖ ਕੇ, ਤਾਂ ਗੁਰੂ ਸਿੱਖ ਉਹਨੂੰ ਖਾਲੀ ਨਾ ਭੇਜੇ, ਕਿਉਂਕਿ ਗੁਰੂ ਨਾਨਕ ਦਾ ਸਿੱਖ ਹੈ। ਜੇ ਗੁਰੂ ਨਾਨਕ ਨੇ ਨਾ ਖਾਲੀ ਭੇਜਦਾ, ਤਾਂ ਗੁਰੂ ਦੇ ਸਿੱਖ ਨੂੰ ਵੀ ਖਾਲੀ ਨਹੀਂ ਭੇਜਣਾ ਚਾਹੀਦਾ। ਆਪਾਂ ਸ਼ਬਦ ਇਹ ਹੀ ਲੈਣ ਲੱਗੇ, ਕਰੋ ਕਿਰਪਾ, ਰਲ ਕੇ ਬੇਨਤੀਆਂ ਕਰਦੇ ਆਓ। ਲਖਮੀ ਤੋਟ ਨਾ ਆਵੇ ਕਾਇ ਕਰ ਚਿਰਹੰਦਾ, ਲੱਖ 84 ਮੇਦਨੀ ਸਭ ਸੇਵ
ਕਰੰਦਾ ਜਾ ਤੂੰ ਹੈ ਬਲ ਹੈ ਰਾਜਾ ਮੋਹਸ਼ੰਦਾ ਤੂੰ ਸਭ ਕਿਛ ਮੈਨੂੰ ਸੌਂਪਿਆ ਤਾਂ ਤੇਰਾ ਬੰਦਾ ਜਾ ਸਭ ਕਿਛ ਮੈਨੂੰ ਸੌਂਪਿਆ
ਜਾਂ ਤੇਰਾ ਬੰਦਾ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਸਾਹ
ਜਿਹੜੇ ਬੈਠੇ ਨੇ ਇਸ਼ਨਾਨ ਕਰਨਾ ਉਹ ਮੇਰੇ ਨਾਲ ਉੱਚੀ ਰਸਨਾ ਰਾਹੀਂ। ਮੈਂ ਹੱਥ ਜੋੜ ਬੇਨਤੀ ਕਰਦਾ ਸਮਾਗਮ ਦੀ ਸਮਾਪਤੀ ਹੈ। ਮੇਰੇ ਇੰਨੀ ਦੂਰੋਂ ਚੱਲ ਕੇ ਆਏ ਤਾਂ ਲਾਹਾ ਹੋ ਜਾਏਗਾ, ਮੇਰੀ ਕਿਣਕਾਂ ਮਾਤਰ ਨਾਮ ਦੀ ਝੋਲੀ ਪੈ ਜਾਏਗੀ। ਮੈਂ ਪਹਿਲਾਂ ਬੇਨਤੀ ਕਰਕੇ ਬੈਠਾਂ, ਅਸੀਂ ਲੋਕ ਬਹੁਤੇ ਜੁੜੇ ਨਹੀਂ ਹੁੰਦੇ, ਤੁਹਾਡੀ ਕਿਰਪਾ ਦੇ ਨਾਲ ਅਸੀਂ ਤਰਨਾ ਅਤੇ ਹਾਲ ਦੇ ਵਿੱਚ ਗੂੰਜਾ ਪੈ ਜਾਣ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ। ਬਾਬਾ ਨਾਨਕ ਸੂਰੀ ਕਹਿੰਦੇ ਸਨ, ਭਾਈ ਸੰਗਤ ਵਿੱਚ ਜਦੋਂ ਜਪਾਇਆ ਜਾਵੇ, ਮਹਾਂਪੁਰਖ ਬੜੇ ਬ੍ਰਹਮ ਵੇਤਾ ਹੋਏ ਨੇ, ਬ੍ਰਹਮ ਗਿਆਨੀ, ਬ੍ਰਹਮ ਸਰੋਤਰੀ, ਬ੍ਰਹਮ ਨੇਸ਼ਟੀ, ਸਤਿਗੁਰ ਦੀ ਬਾਣੀ ਦਾ ਅਥਾਹ ਗਿਆਨ ਰੱਖਦੇ ਬਾਬਾ ਨਾਨਕ ਸਿੰਘ ਜੀ, ਉਹ ਕਹਿੰਦੇ ਸਨ, ਭਾਈ ਸੰਗਤ ਵਿੱਚ ਜਦੋਂ ਜਪਾਇਆ ਜਾਵੇ ਫਿਰ ਕੋਈ ਨਾ ਬੋਲੇ ਉਹ ਗੁਰੂ ਕਾ ਚੋਰ ਹੁੰਦਾ, ਉਹ ਗੁਰੂ ਕਾ ਚੋਰ ਹੁੰਦਾ, ਅਤੇ ਆਪਾਂ ਗੋਦੜੀ ਵਾਲੇ ਲਾਲ ਬੰਨਣਾ, ਆਪਾਂ ਗੋਦੜੀ ਵਾਲੇ ਲਾਲ ਬੰਨਣਾ। ਮੈਂ ਆਪਣੀਆਂ ਭੈਣਾਂ ਨੂੰ ਵੀ ਹੱਥ ਜੋੜ ਬੇਨਤੀ ਕਰਦਾ, ਮੇਰੇ ਵੱਡੇ ਵੀਰ, ਮੇਰੇ ਵੱਡੇ ਬਜ਼ੁਰਗ ਜਿੰਨੇ ਆਏ ਜੇ ਭਾਈ ਸਾਰੇ ਆਪਾਂ ਇੱਥੇ ਬੈਠੇ ਹੋਏ ਨੇ ਬਾਣੀ ਦੇ ਨਾਲ ਗੁਰੂ ਰਾਮਦਾਸ ਦੇ ਮਹਾਰਾਜ ਘਰ ਇਸ਼ਨਾਨ ਕਰਕੇ ਆਉਣਾ। ਕਰੋ ਕਿਰਪਾ, ਬਾਹਰ ਜਿਹੜਾ ਵੀ ਬੰਦਾ ਜਾਂਦਾ ਹੋਵੇ ਸੜਕ 'ਤੇ ਉਹ ਇਹ ਗੱਲ ਇੱਕ ਵਾਰ ਤਾਂ ਜ਼ਰੂਰ ਸੁੱਚੇ ਵੀ ਅੰਦਰ ਹਾਲ 'ਚ ਗੁਰੂ ਨਾਨਕ ਦੇ ਘਰ ਦੇ ਲਾਲ ਆਪਣੇ ਬਾਪੂ ਨੂੰ ਆਵਾਜ਼ਾਂ ਮਾਰਦੇ ਭਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਵਾਦ, ਫਿਰ ਸਵਾਦ, ਹਾਲ ਦੇ ਵਿੱਚ ਗੁਰੂ ਨਾਨਕ ਦੀਆਂ, ਗੁਰੂ ਨਾਨਕ ਦੇ ਨਾਮ ਦੀਆਂ ਗੂੰਜਾਂ ਪੈ ਜਾਣ, ਗੂੰਜਾਂ ਪੈ ਜਾਣ। ਕਰੋ ਕਿਰਪਾ ਸਾਰੇ, ਸਾਰੇ ਬੇਨਤੀ ਉੱਚੀ ਰਸਨਾ ਰਹੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
कमाई इकट्ठी की। हुण गुरु नानक दे करो यकीन जना जो मंग के लैके जाओगे सतगुरु देगा। मैं गुरु घर का चाकर, गुरु घर का सेवादार, गुरु घर का झाड़ू परदार होने के नाते गरंटी चुकदा इस गल की। ये लैण का जज किस को जाके जो लैना हो ना पहला वड्याउणा पैंदा है, पहला वड्याउणा पैंदा है। गोबिंद पाओ भगत का भुखा, जिहड़ा सतगुर है ना ये भी वड्याई का भुखा है। बाणी कहती मेरी मत नहीं, बाणी कहती गोबिंद पाओ भगत का भुखा, गोबिंद भावना का भुखा है। तो जिन्हें सतगुर पासों दातां लैनियां ना उन्हूं पहला वड्याया करो, पहला आण के चलाकी नहीं इत्थे, बस इत्थे आण के सरपंची नहीं करनी, चौधरी पुणा नहीं करना। जिहड़ा इत्थे आण के खाली भांडा लै आना यकीन जाने जे गुरु नानक उन्हूं इत्थों त्योड़ी तो बाहर जाते बादशाह बना देगा। बादशाह मेरे मालिक ने तो इतों तक बख्शी, बादशाह फिर भी है दुनियादारी का वह जे तू सीखो। बादशाही दुनियादारी देती है, पर मेरे मालिक की जिन्हें सिफत करती ना, तो जपजी साहब जी की पंक्ति याद कर लिया करो, जिसनों बख्शे सिफत सलाह नानक पातशाही पातशाह। मेरा मालिक उन्हों सारी कायनात की पातशाही बख्शिश कर रहा, बादशाही तो छोटी आता है। गुरु नानक दे कृपा नाल, गुरु ग्रंथ साहब की कृपा नाल, सात संगत स्वरूप हो करके गुरसंगति रूप में आप जिन्ना कुछ समा लाया सतगुर की मेहर के नाल लाया, मूँह चो कोई निकलिया होया लफज संगत की शान के खिलाफ, गुरु नानक की शान के खिलाफ, मेरा बापू धन साहब श्री गुरु ग्रंथ साहब जी की शान के खिलाफ निकल गया है, तो न्याणा समझ के माफ कर देना। अपनी अरदास नाले मेरी अरदास करनी, सतगुरु जे ये तेरे घर का लाल भेखी भी हैगा ना, ये तेरे घर का सेवादार पखंडी भी हैगा, तो इनू अपने घर का मजीठा रंग चढ़ा लिया, इनू अपने घर का पक्का रंग चढ़ा लिया। मैं धन्यवाद करता धन साहिब श्री गुरु ग्रंथ साहब महाराज जी का, संगत का, जेडे वीर ने यह सारा समागम सतगुरु की कृपा नाल आरंभिया। समागम की समाप्ति है, गुरु नानक इन्हां वीरां दे सिर पर हाथ रखे, गुरसिखी जामा बख्शिश करे, तो जिहड़ी भी दात दवे मेरा मालिक नाल दी नाल निम्रता देंदा जावे, निम्रता देंदा जावे। दातां जरूर लैणे आ पर नाल नाल निम्रता रखणी, गुरु नानक दे पासों ही लईआं दातां, गुरु नानक दे पासों दसरिया इन्नी को हाजरी प्रवान। आओ आनंद साहब जी का पाठ उपरंत दस राम कली महला तीजा, आनंद एक ओंकार सतगुर प्रसाद, आनंद प्यारे माए सतगुरु मैं पार, सतगुरु का पाया सहज सिद्धि मन बढ़िया बरदान, हर तन परवार परिया शब्द का बढ़ियार, गुरु बताओ हरि तेरा मन इनी बसार, कहे नानक नानक हुआ सतगुरु मैं पार, हे मन रे सारो बरदान, हर नाल तू मन मेरे ਸੋ ਕਿਉਂ
माता धरत महत दिवस रात दोए दाई दाया खेले सगल जगत चंगियाया बुरे आया वाचे धर्म हदूर करमी आपो आपड़ी के नेड़े के दूर जिन नाम ते आया गए मशक्कत काल नानक ते मुख उजले केती छुट्टी ना नानक ते मुख उजले केती छुट्टी ना। वाहेगुरु जी का खालसा वाहेगुरु जी की फतेह। तेरी वड्या